महाकाली, जय महाकाली, जय खप्पर वाली, जय खप्पर वाली। ਬਾਬਾ ਜੀ ਤਾਂ ਇਹ ਕਰਕੇ ਹੋਰ ਮਹਾਨ ਬਣ ਗਏ ਨੇ, ਆਖਿਰ ਕਿੱਦਾਂ ਮੈਂ ਇਹਨਾਂ ਦਾ ਸੱਚ ਬਾਹਰ ਲਿਆਵਾਂ? ਹੇ ਮਾਂ ਕਾਲੀ, ਮਦਦ ਕਰੋ। ਪਾਪਾ ਜੀ, ਬਾਬਾ ਜੀ ਨੂੰ ਗਰਮੀ ਲੱਗ ਰਹੀ ਹੋਣੀ ਹੈ, ਉਹਨਾਂ ਦੇ ਲਈ ਪੱਖਾ ਚਾਲੂ ਕਰ ਦਿਓ ਨਾ। ਹਾਂ, ਮੈਂ ਪੱਖਾ ਚਾਲੂ ਕਰਕੇ ਆਉਣਾ। ਇਸ ਪੱਖੇ ਦੀ ਹਵਾ ਬਾਬਾ ਜੀ ਵੱਲ ਜਾਂਦੇ ਬਾਬਾ ਜੀ ਦੀ ਧੋਤੀ ਉੱਡਣ ਲੱਗ ਜਾਏਗੀ, ਤੇ ਜਿਹੜਾ ਉਹਨਾਂ ਨੇ ਧੋਤੀ ਦੇ ਕੱਪੜੇ ਨਾਲ ਲੋਹੇ ਦਾ ਸਟੈਂਡ ਲਪੋ ਰੱਖਿਆ, ਉਹ ਸਭ ਨੂੰ ਨਜ਼ਰ ਆ ਜਾਏਗਾ। ਸਿਆਪਾ, ਜੇ ਪੱਖਾ ਚਾਲੂ ਹੋ ਗਿਆ ਬਾਬੇ ਦੀ ਤਾਂ ਸਾਰੀ ਪੌੜੀ ਖੁੱਲ ਜਾਣੀ ਹੈ। ਕੁਛ ਕਰਕੇ ਨਿਕਾ, ਕੀ ਕਰਾਂ? ਤਾਂ ਚੱਲ ਹੀ ਨਹੀਂ ਰਿਹਾ। ਭਾਈ ਸਾਹਿਬ, ਮੈਨੂੰ ਲੱਗ ਰਿਹਾ ਪੱਖਾ ਖਰਾਬ ਹੋ ਗਿਆ। ਭਗਤੋ, ਹੁਣ ਬਾਬਾ ਜੀ ਦੇ ਆਰਾਮ ਕਰਨ ਦਾ ਟਾਈਮ ਹੋ ਗਿਆ ਹੈ, ਇਸ ਲਈ ਕਿਰਪਾ ਕਰਕੇ ਉਹਨਾਂ ਨੂੰ ਸਾਰੇ ਇਕੱਲੇ ਛੱਡ ਦਿਓ। ਮਾਂ ਕਾਲੀ, ਇਹੀ ਚੰਗਾ ਮੌਕਾ ਸੀ ਬਾਬਾ ਜੀ ਦੀ ਅਸਲੀਅਤ ਸਭ ਦੇ ਸਾਹਮਣੇ ਲਿਆਉਣ ਦਾ, ਪਰ ਉਹ ਮੌਕਾ ਵੀ ਹੱਥੋਂ ਨਿਕਲ ਗਿਆ। ਤੁਸੀਂ ਕੁਛ ਕਰੋ ਮਾਂ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।